ਮੋਹਾਲੀ ਜ਼ਿਲ੍ਹੇ ਦੇ ਫੇਜ਼ 2 ਦੇ ਮੁਥੂਟ ਫਾਈਨੈਂਸ ਦੇ ਵਿੱਚ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ, ਲੇਕਿਨ ਜਿਹੜੇ ਚੋਰ ਹੈ ਉਹਨਾਂ ਦੀ ਇਹ ਕੋਸ਼ਿਸ਼ ਨਾਕਾਮ ਸਾਬਿਤ ਹੋਈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਬਿਲਕੁਲ ਨਾਲ ਵਾਲੀ ਬਿਲਡਿੰਗ ਦੇ ਵਿੱਚ ਸੁਰੰਗ ਕਰਕੇ ਉਹਨਾਂ ਨੇ ਅੰਦਰ ਵੜੇ। ਹਾਲਾਂਕਿ ਕੋਸ਼ਿਸ਼ ਕੀਤੀ ਲੇਕਿਨ ਅਲਾਰਮ ਵੱਜਿਆ, ਨਾਲ ਦੇ ਨਾਲ ਪੁਲਿਸ ਨੂੰ ਇਨਫੋਰਮ ਹੋਇਆ ਤੇ ਕੁਇਕਲੀ ਪੁਲਿਸ ਇੱਥੇ ਪਹੁੰਚੀ ਤੇ ਜਿਹੜੇ ਚੋਰ ਸੀਗੇ ਉਹ ਵਾਰਦਾਤ ਨੂੰ ਅੰਜਾਮ ਜਿਹੜੇ ਦੇਣ ਆਏ ਸੀਗੇ ਉਹ ਨਾਕਾਮ ਕੋਸ਼ਿਸ਼ ਚਲਦੇ ਇੱਥੋਂ ਫਰਾਰ ਹੋ ਗਏ। ਜਿਹੜੇ ਇਨਵੈਸਟੀਗੇਸ਼ਨ ਆਫੀਸਰ ਨੇ ਬਲਵਿੰਦਰ ਜੀ ਉਹ ਸਾਡੇ ਨਾਲ ਨੇ। ਬਲਵਿੰਦਰ ਜੀ, ਇਹ ਪੂਰੀ ਇਨਫੋਰਮੇਸ਼ਨ ਕੀ ਸੀ ਪੁਲਿਸ ਨੂੰ ਤੇ ਇਨਵੈਸਟੀਗੇਸ਼ਨ 'ਚ ਕੀ ਆ ਰਿਹਾ? ਸੁਬਹਾ ਸਾਨੂੰ ਕਰੀਬ 2:30 ਵਜੇ ਨਾਲ ਇਨਫੋਰਮੇਸ਼ਨ ਮਿਲੀ ਸੀ ਵੀ ਕੁਛ ਨਾਮਨੂੰ ਵਿਅਕਤੀ ਮਤਲਬ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨੇ ਅਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਸੀ ਅਤੇ ਅਸੀਂ ਅਫਸਰ ਸਾਹਿਬਾਨ ਮੌਕੇ 'ਤੇ ਆਏ ਸੀ ਜੀ। ਜਾਂਚ ਕਰ ਰਹੇ ਨੇ, ਸਾਨੂੰ ਪਤਾ ਲੱਗ ਚੁੱਕਾ ਹੈ ਵੀ ਛੇਤੀ ਹੀ ਮਤਲਬ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਬਲਵਿੰਦਰ ਜੀ, ਕਿਉਂਕਿ ਬੜੇ ਸ਼ਾਤਿਰ ਤਰੀਕੇ ਦੇ ਨਾਲ ਦੇਖਿਆ ਕਿ ਸੁਰੰਗ ਵੀ ਜਿਹੜੀ ਹੈਗੀ ਉਹ ਬਣਾਈ ਹੋਈ ਹੈ, ਪੂਰਾ ਸਮਾਨ ਸਮੂਨ ਜਿਹਾ ਲੈ ਕੇ ਆਏ ਸੀ ਨਾਲ? ਹਾਂ, ਸਮਾਨ ਕਾਫੀ, ਸਿਲੰਡਰ ਵਗੈਰਾ, ਗੈਸ ਵੈਲਡ ਜੋ ਗੈਸ ਵੈਲਡਿੰਗ ਜੋ ਕੱਟਣ ਵਾਲਾ ਹੈ ਉਹ ਵੀ ਨਾਲ ਲੈ ਕੇ ਆਏ ਸੀ ਅਤੇ ਮਤਲਬ ਵਾਰਦਾਤ ਨੂੰ ਪੂਰਾ ਮਤਲਬ ਤਰੀਕੇ ਨਾਲ ਅੰਜਾਮ ਦੇਣ ਲਈ ਆਏ ਸੀ, ਪਰੰਤੂ ਉਹਨਾਂ ਦੀ ਉਹ ਆਪਣੀ ਵਾਰਦਾਤ ਕਰਨ ਦਾ ਅੰਜਾਮ ਮਤਲਬ ਨਹੀਂ ਹੋ ਪਾਇਆ। ਸਰ, ਅੰਦਰ ਕੋਈ ਸਿਸਟਮ ਸੁਸਟਮ, ਲੋਕਿੰਗ ਸਿਸਟਮ, ਅਲਾਰਮ ਅਲੂਰਮ ਦਾ ਸਿਸਟਮ? ਹਾਂ, ਅਲਾਰਮ ਸਿਸਟਮ ਸੀ, ਉਹ ਅਲਾਰਮ ਸਿਸਟਮ ਕਰਕੇ ਅਲਾਰਮ ਵੱਜਿਆ, ਉਸ ਕਰਕੇ ਮਤਲਬ ਸਾਰੇ ਸਤਰਕ ਹੋ ਗਏ। ਬਾਕੀ ਅਸੀਂ ਹੁਣ ਤੇ ਸਰ ਹੋਰ ਇਨਵੈਸਟੀਗੇਸ਼ਨ 'ਚ ਕੁਛ ਆ ਰਿਹਾ ਕਿ ਪੂਰਾ ਰੈਕੀ ਹੋਈ ਹੈ, ਪੂਰਾ ਪਲੈਨਿੰਗ ਹੋਈ ਹੈ ਇਸ ਵਾਰ ਰਾਤ ਨੂੰ? ਹਾਂਜੀ ਹਾਂਜੀ, ਠੀਕ ਹੈ। ਤੇ ਟੀਮਾਂ ਟੂਮਾਂ ਲੱਗੀ ਹੋਈ? ਹਾਂ, ਲੱਗੀਆਂ ਹੋਈਆਂ ਨੇ, ਲੱਗੀਆਂ ਹੋਈਆਂ, ਪਤਾ ਵੀ ਲੱਗ ਚੁੱਕਾ ਸਾਨੂੰ। ਠੀਕ ਹੈ, ਹਾਂ, ਜਲਦੀ ਗ੍ਰਿਫਤਾਰੀ? ਹਾਂ, ਜਲਦੀ ਅਫਸਰ ਸਾਹਿਬਾਨਾਂ ਨਾਲ ਨਾਲ ਗੱਲ ਚੱਲ ਰਹੀ ਹੈ ਸਾਡੀ। ਠੀਕ ਹੈ, ਉਹ ਵੀ ਮੌਕੇ 'ਤੇ ਆਏ ਸੀ, ਸਾਰਾ ਕੁਝ ਦੇਖਿਆ ਉਹਨਾਂ ਨੇ। ਠੀਕ ਹੈ, ਬਿਲਕੁਲ, ਜਿੱਦਾਂ ਅਫਸਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਹਾਲਾਂਕਿ ਕਈ ਕਲਿਊ ਜਿਹੜੇ ਹੈ ਉਹ ਹਜੇ ਫਿਲਹਾਲ ਪੁਲਿਸ ਨੂੰ ਮਿਲੇ ਹੈ, ਜਿਸ ਨੂੰ ਲੈ ਕੇ ਹੁਣ ਲਗਾਤਾਰ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਅਤੇ ਕਈ ਚੀਜ਼ਾਂ ਦਾ ਕਲਿਊ ਪੁਲਿਸ ਦੇ ਹੱਥ ਲੱਗਿਆ, ਜਿਸ ਨੂੰ ਲੈ ਕੇ ਹੁਣ ਜਿਹੜੀ ਛਾਪੇਮਾਰੀ ਉਹ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਹੁਣ ਹਰਿਆਣਾ ਜਾਂ ਹੋਰ ਵੀ ਕਈ ਥਾਵਾਂ 'ਤੇ ਇੱਥੇ ਪਹੁੰਚੀ ਹੈ, ਜਿਸ ਨੂੰ ਲੈ ਕੇ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਵੀ ਹੋ ਰਿਹਾ ਕਿ ਬੜੇ ਸ਼ਾਤਿਰ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਔਰ ਉਸ ਤੋਂ ਬਾਅਦ ਜੇਕਰ ਇੱਥੇ ਚੋਰੀ ਦੀ ਵਾਰਦਾਤ ਹੁੰਦੀ ਤਾਂ ਬਹੁਤ ਵੱਡੀ ਚੋਰੀ ਦੀ ਵਾਰਦਾਤ ਹੋ ਸਕਦੀ ਸੀ। ਕਰੋੜਾਂ ਦਾ ਜੇ ਕਹਿ ਸਕਦੇ ਹਾਂ ਗੋਲਡ ਅਤੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਇਸ ਬ੍ਰਾਂਚ ਦੇ ਵਿੱਚ ਹੈਗੀ ਹੈ ਔਰ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੀ ਸੀ, ਲੇਕਿਨ ਕਈ ਚੀਜ਼ਾਂ ਨੂੰ ਲੈ ਕੇ, ਟੈਕਨੀਕਲ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਬਚਾਵ ਹੋਇਆ ਔਰ ਇਹਦੇ ਬਚਾਵ ਦੇ ਚਲਦੇ ਕਈ ਜਿਹੜਾ ਹੈਗਾ ਉਹਦੇ 'ਚ ਹੋਇਆ। ਜਿਹੜੀ ਸਿਕਿਉਰਿਟੀ ਗਾਰਡ ਨੇ, ਸਰ ਆਪ ਵੀ ਥੇ ਰਾਤ ਕੋ, ਹੋਆ ਕਿਆ ਥਾ, ਥੋੜ੍ਹਾ ਬਤਾਏਂਗੇ? ਐਕਚੁਲੀ ਕਮਰੇ ਮੇਰਾ ਅੰਦਰ ਜਾ ਰਿਹਾ, ਨਹੀਂ ਥੋੜ੍ਹਾ ਬਤਾ ਦੇਂਗੇ ਕਿਆ ਕਿਆ ਇਨਫੋਰਮੇਸ਼ਨ ਕਿਆ ਆਈ ਥੀ, ਕਿਆ ਕਿਆ ਸਮਾਨ ਛੋੜ ਕੇ ਗਏ, ਸਮਾਨ ਕਿਆ ਕਿਆ ਛੋੜ ਕੇ? ਇੱਕ ਮਿੰਟ ਸਰ, ਜ਼ਰਾ ਮੈਂ ਅੰਦਰ, ਸਮਾਨ ਕਿਆ ਕਿਆ ਛੋੜ ਕੇ ਗਏ ਇਹ ਬਤਾ ਦੀਜੀਏ। ਸਰ, ਇੱਕ ਗੈਸ ਸਿਲੰਡਰ ਥਾ, ਇੱਕ ਮਤਲਬ ਕਿ ਜੋ ਕਿੱਟ ਪੂਰੀ ਹੋਤੀ ਹੈ ਸਿਲੰਡਰ ਕੀ, ਠੀਕ ਹੈ, ਵੋ ਥਾ, ਬੈਗ ਵਗੈਰਾ ਵੀ ਥੇ ਖਾਲੀ? ਹਾਂ, ਬੈਗ ਵੀ ਥੇ। ਕਿੰਨੇ ਲੋਕ ਹੋਣਗੇ, ਕੁਛ ਆਈਡੀਆ? 2-3-4 ਤਾਂ ਹੋਣਗੇ ਵੈਸੇ। 2-3-4 ਲੋਕ ਹੋਣਗੇ। ਆਪ ਨਾਈਟ ਮੇਂ ਥੇ ਸਰ? ਸਰ, ਮੈਂ ਨਾਈਟ ਮੇਂ ਨਹੀਂ, ਮੇਰੇ ਡੇ ਕੀ ਡਿਊਟੀ ਹੋਤੀ ਹੈ। ਆਪ ਵੀ ਨਹੀਂ ਦੇਖਾ ਥਾ ਜਬ ਵੀ ਐਸਾ ਕੁਛ ਚਲਾ ਹੁਆ ਥਾ? ਵੋ ਅਮਨ ਸਰ ਹੈ। ਅੱਛਾ, ਵੋ ਦੂਸਰੇ ਹੈ, ਠੀਕ ਹੈ। ਤੋ ਬਿਲਕੁਲ, ਕਈ ਇਹਦੇ ਜਿਹੜੇ ਸਿਕਿਉਰਿਟੀ ਗਾਰਡਸ ਨੇ ਹੋਰ ਨੇ ਉਹਨਾਂ ਨੂੰ ਸਾਫ਼ ਤੌਰ 'ਤੇ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਕਰਦੇ ਨਜ਼ਰ ਆ ਰਹੇ, ਉਹ ਜਲਦੀ ਇਹਦੇ ਵਿੱਚ ਗ੍ਰਿਫਤਾਰੀ ਹੋਏਗੀ ਜਿਹੜਾ ਪੁਲਿਸ ਅਧਿਕਾਰੀ ਕਹਿੰਦੇ ਨਜ਼ਰ ਆ ਰਹੇ ਨੇ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨੂੰ ਜੜੀ ਪੰਜਾਬ।